ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਕੁੜੀ ਨੇ ਨਵਾਂ ਫੋਨ ਮਿਲਣ ਤੋਂ ਬਾਅਦ ਇੰਟਰਨੈਟ ਤੇ ਇਹ ਸਰਚ ਕਰਕੇ ਕਰਤਾ ਵੱਡਾ ਕਾਂਡ ਸੁਣ ਲੋਕਾਂ ਦੇ ਉੱਡ ਗਏ ਹੋਸ਼ ਜਾਣਨ ਦੇ ਵੀਡੀਓ ਨੂੰ ਅੰਤ ਤੱਕ ਦੇਖਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜੇਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਲੜਕੀ ਦੇ ਵੱਲੋਂ ਨਵਾਂ ਫੋਨ ਮਿਲਣ ਦੇ ਉੱਪਰ ਇੰਟਰਨੈਟ ਦੇ ਉੱਪਰ ਸਰਚ ਕੀ ਕਰਕੇ ਅਜਿਹਾ ਕਾਨੂੰਨ ਜਾਮ ਦਿੱਤਾ ਗਿਆ ਜਿਸ ਦੇ ਬਾਰੇ ਸੁਣ ਕੇ ਸਾਰੇ ਹੈਰਾਨ ਹਨ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਘਟਨਾ ਉਹ ਜਨਤ ਸਾਹਮਣੇ ਆਈ ਹੈ ਜਿੱਥੇ ਇੱਕ ਔਰਤ ਦੇ ਵੱਲੋਂ ਪੁੱਤਰ ਦੀ ਚਾਹਤ ਵਿੱਚ ਆਪਣੀ 3 ਮਹੀਨੇ ਦੀ ਮਾਸੂਮ ਬੱਚੀ ਦੀ ਹਤਿਆ ਕਰ ਦਿੱਤੀ ਗਈ ਹੈ ਜੀ ਉਸ ਦੀ ਤਸਵੀਰ ਦੋਸਤੋ ਤੁਸੀਂ ਆਪਣੇ ਫੋਨ ਦੀ ਡਿਸਪਲੇ ਦੇ ਉੱਪਰ ਦੇਖ ਸਕਦੇ ਹੋ ਜੀ ਇਹ ਉਹ ਔਰਤਾ ਜਿਸ ਨੇ ਆਪਣੀ 3 ਮਹੀਨੇ ਦੀ ਮਾਸੂਮ ਬੱਚੀ ਦਾ ਕਤਲ ਕਰ ਦਿੱਤਾ ਬੱਚੇ ਦੀ ਮਾਂ ਸਵਾਤੀ ਦੇ ਵੱਲੋਂ ਪੁਲਿਸ ਨੂੰ ਦਿੱਤੇ ਜਾ ਰਹੇ ਬਿਆਨਾਂ ਦੇ ਵਿੱਚ ਬਦਲਾ ਕੀਤਾ ਜਾ ਰਿਹਾ ਹੈ ਉੱਥੇ ਹੀ ਉਸ ਵੱਲੋਂ ਇਹ ਗੱਲ ਵੀ ਕਬੂਲ ਕੀਤੀ ਗਈ ਕਿ ਆਪਣੀ 3 ਮਹੀਨੇ ਦੀ ਮਾਸੂਮ ਬੱਚੀ ਵੀ ਰਾਤੀ ਨੂੰ ਜਨਮ ਤੋਂ ਲੈ ਕੇ ਹੁਣ ਤੱਕ ਨਫ਼ਰਤ ਕਰ ਰਹੀ ਸੀ ਕਿਉਂਕਿ ਉਸ ਵੱਲੋਂ ਇੱਕ ਪੁੱਤਰ ਦੀ ਚਾਹਤ ਰੱਖੀ ਗਈ ਸੀ। ਦੋਚੀ ਮਾਂ ਦੇ ਪਤੀ ਅਰਪਿਤ ਦੇ ਵੱਲੋਂ ਆਪਣੀ ਪਤਨੀ ਨੂੰ 7 ਅਕਤੂਬਰ ਨੂੰ ਨਵਾਂ ਫੋਨ ਲੈ ਕੇ ਦਿੱਤਾ ਗਿਆ ਜਿੱਥੇ ਇਸਔਰਤ ਵੱਲੋਂ ਬੱਚੇ ਨੂੰ ਮਾਰਨ ਦੇ ਵੱਖ-ਵੱਖ ਤਰੀਕੇ ਸਰਚ ਕੀਤੇ ਗਏ ਜਿਸ ਵਿੱਚ ਵੇਖਿਆ ਗਿਆ ਕਿ ਕਤਲ ਕਤਲ ਕਿਸ ਤਰ੍ਹਾਂ ਵੱਤ ਸਕਦਾ ਹੈ ਬੱਚੇ ਨੂੰ ਆਸਾਨੀ ਦੇ ਨਾਲ ਕਿਵੇਂ ਮਾਰਿਆ ਜਾ ਸਕਦਾ ਹੈ ਪੋਸਟਮਾਰਨ ਦੇ ਵਿੱਚ ਬੱਚੇ ਦੀ ਮਰਨ ਦੀ ਵਜ੍ਹਾ ਜਿਹੜੀ ਸਾਹਮਣੇ ਨਾ ਜਾਵੇ ਇਸ ਤੋਂ ਸਮੇਂ ਮਾਂ ਦੋਚੀ ਮਾਂ ਦੇ ਵੱਲੋਂ ਆਪਣੇ ਬੱਚੇ ਨੂੰ ਮੌਤ ਦੇ ਘਾਟ ਉਤਾਰਨ ਸਮੇਂ ਉਹ ਘਰ ਦੇ ਵਿੱਚ ਕੱਲੀ ਮੌਜੂਦ ਸੀ 12 ਅਕਤੂਬਰ ਨੂੰ ਦੁਪਹਿਰ 12:20 ਮਿੰਟ ਤੇ ਉਸਨੇ ਬੱਚੀ ਲਾਪਤਾ ਕੀਤੀ ਗਈ ਜਿਸ ਨੂੰ ਪਾਣੀ ਵਾਲੀ ਟੈਂਕੀ ਦੇ ਵਿੱਚ ਡੁਬੋ ਕੇ ਮਾਰ ਦਿੱਤਾ ਗਿਆ ਉਸ ਤੋਂ ਬਾਅਦ ਬੱਚੀ ਦਾ ਪਿਤਾ ਦੁਕਾਨ ਦੇ ਉੱਪਰ ਸੀ ਦੋਸ਼ੀ ਮਾਂ ਨੇ ਸੱਸ ਤੋਂ ਇਲਾਵਾ ਘਰ ਦੇ ਵਿੱਚ ਕੋਈ ਮੌਜੂਦ ਨਹੀਂ ਸੀ ਜਿਸ ਦੇ ਫੋਨ ਉੱਪਰ ਸਰਚ ਕੀਤੀ ਗਈ ਦੋਸ਼ੀ ਦੇ ਆਧਾਰ ਤੇ 302 ਦੇ ਤਹਿਤ ਹਿਰਾਸਤ ਵਿੱਚ ਲਿਆ ਗਿਆ ਤੇ ਐਤਵਾਰ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਧੰਨ